ਇਹਦੀ ਦਾਦੀ ਮਰ ਗਈ ਤੇ ਇਹਨਾਂ ਨੇ ਹਰਾ ਕੱਪੜਾ ਪਾ ਕੇ ਦਫਨਾ ਦਿੱਤੀ। ਮੈਂ ਕਿਹਾ ਇਹ ਕਹਿੰਦਾ ਸਨੋਕਰ ਦੀ ਪਲੇਅਰ ਸੀ। ਉਹ ਭਾਈ ਦੀ ਸੁਣ ਲਓ, ਚੱਕੀ ਦੁੰਬੇ ਲਿਆਂਦੇ ਪਿੱਛੇ ਕੱਟ ਦੇ ਕੇ ਉਹ 'ਚ ਪੈਸੇ ਜੁੜਨ ਡੇ। ਬੱਚਿਆਂ ਨੂੰ 10-10 ਰੁਪਏ ਦੇ ਕਹਿੰਦਾ ਮੈਨੂੰ ਸਿੱਧੂ ਮੂਸੇ ਵਾਲਾ ਕਹੋ। ਫੂਡ ਪਾਂਡਾ ਵਾਲਿਆਂ ਨੂੰ ਕਹਿ ਫੋਨ ਕਰ ਕਹਿੰਦਾ 2 ਹਿੰਸੇ ਤਾਂ ਲਿਖਿਓ। ਅਸਲਾਮੁਅਲੈਕੁਮ ਵੀਵਰਸ, ਮੈਂ ਮਲਿਕਜ਼ਾਦ ਅਲੀ ਅਤੇ ਤੁਸੀਂ ਦੇਖ ਰਹੇ ਹੋ ਖੱਟਾ ਅਤੇ ਮਿੱਠਾ ਚੈਨਲ। ਵੀਵਰਸ, ਅੱਜ ਮੇਰੇ ਦੋਸਤ ਮੁਬਸ਼ਰ ਭਾਈ ਨੇ ਮੈਨੂੰ ਦਾਵਤ ਦਿੱਤੀ ਸੀ ਕਿ ਅਲੀ ਭਾਈ ਤੁਸੀਂ ਫੈਸਲਾਬਾਦ ਦਾ ਇੱਕ ਇਲਾਕਾ ਹੈ ਮਦੀਨਾਬਾਦ, ਅਤੇ ਉਹਨਾਂ ਨੇ ਕਿਹਾ ਤੁਸੀਂ ਜਾਣਾ ਇੱਥੇ, ਬਹੁਤ ਅੱਛੇ ਕਰੈਕਟਰ ਰਹਿੰਦੇ, ਤੁਹਾਨੂੰ ਪਤਾ ਆਪਣਾ ਕੰਮ ਹੀ ਕਰੈਕਟਰ ਲੱਭਣਾ ਵਾ, ਅਤੇ ਅਸੀਂ ਉਹਨਾਂ ਨਾਲ ਮਜ਼ਾ ਕਰਦੇ ਹਾਂ। ਨਾਜ਼ਰੀਨ, ਇਹ ਮੁਬਸ਼ਰ ਭਾਈ ਨੇ, ਇਹਨਾਂ ਨੇ ਸਾਨੂੰ ਇੱਥੇ ਬੁਲਾਇਆ ਜੁਗਤਾਂ ਲਈ। ਕਰੋ ਭਾਈ, ਕਿੱਦਾਂ ਦੀਆਂ ਕਰੀਏ ਭਾਈ? ਫਿੱਕੀਆਂ 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 ਕਰਦੀ। ਇਹਦੀ ਦਾਦੀ ਮਰ ਗਈ ਤੇ ਇਹਨਾਂ ਨੇ ਹਰਾ ਕੱਪੜਾ ਪਾ ਕੇ ਦਫਨਾ ਦਿੱਤੀ। ਮੈਂ ਕਿਹਾ ਕਹਿੰਦਾ ਸਨੋਕਰ ਦੀ ਪਲੇਅਰ ਸੀ। ਇਹ ਸੱਪ ਹੁੰਦਾ ਸੀ ਭਾਈ, ਇੱਕ ਜਗ੍ਹਾ ਤੇ ਬੰਦੇ ਨੂੰ ਡੰਗ ਮਾਰਨ ਜਾਣਾ, ਦੱਸੇ ਚੌਲ ਮੰਡੀ ਦੇ, ਉੱਥੇ ਐਂ ਕਰ ਲਿਆ। ਹਾਂਜੀ, ਕੀ ਨਾਮ ਭਾਈ ਆਪਣਾ? ਨਾਸਰ ਭਾਈ। ਨਾਸਰ ਭਾਈ, ਨਾਸਰ 'ਚ ਨਿਊਟੀ ਤਾਂ ਨਹੀਂ? ਨਹੀਂ ਭਾਈ, ਨਾਸਰ। ਅੱਛਾ, ਨਾਸਰ ਫੈਸਲਾਬਾਦ। ਹਾਂਜੀ। ਆ ਭਾਈ ਦਾ ਮੂੰਹ ਕਿੱਦਾਂ? ਭਾਈ ਹੁਣ ਆਇਆ ਦਵਾਈ ਲੈਣ ਚਲਿਆ ਗਿਆ ਡਾਕਟਰ ਕੋਲ, ਕਹਿੰਦਾ ਡਾਕਟਰ ਸਾਹਿਬ ਮੈਨੂੰ ਭੁੱਖ ਨਹੀਂ ਲੱਗਦੀ, ਕਹਿੰਦਾ ਮੈਨੂੰ ਆਪ ਨਹੀਂ ਲੱਗਦਾ। ਇਹ ਭਾਈ ਇੰਨਾ ਕਮਜ਼ੋਰ ਸੀ, ਇੱਕ ਮਰੀਜ਼ ਦਾ ਪਤਾ ਲੈਣ ਗਿਆ ਹਸਪਤਾਲ, ਉਹਨੇ ਆਪਣੀ ਬੋਤਲ ਲਾ ਕੇ ਇਹਨੂੰ ਲਾ ਦਿੱਤੀ। ਉਹ ਦਹੀਂ ਡੋਲ ਆਇਆ। ਜਨਾਬ, ਕੀ ਹਾਲ ਜੀ ਤੁਹਾਡਾ? ਠੀਕ ਹੋ ਜੀ? ਜੁਗਤਾਂ ਮਾਰ ਰਹੇ ਮੈਨੂੰ, ਦੇਖੋ ਕਿੰਨੀ ਜ਼ਿਆਦਤੀ ਕਰ। ਕਿਉਂ ਇਹ ਜੁਗਤਾਂ ਮਾਰੀਆਂ ਤੂੰ? ਕੈਸਾ ਪਿੱਤ ਮਾਰਨ ਵਾਲਾ ਕੰਘਾ ਹੁੰਦਾ ਏ? ਉਹ ਪਿਸਤੌਲ ਨਾਲ ਪਿੱਤ ਮਾਰੀ ਹੁੰਦੀ। ਭਾਈ ਦੀ ਸੁਣ ਲਓ, ਜਿਹੜਾ ਪਿੱਛੇ ਘੂਰੀਆਂ ਪਾਣ ਡਿਆ, ਘੂਰੀਆਂ ਮਾਰਿਆ ਕਹਿੰਦਾ। ਫੂਡ ਪਾਂਡਾ ਤੇ ਫੋਨ ਕਰਕੇ ਕਹਿਣ ਡਿਆ ਕਿ ਮੈਨੂੰ ਤੁਹਾਡੇ ਇੱਕ ਦਿਨ ਵਾਸਤੇ ਰਿੱਛ ਚਾਹੀਦਾ। ਉਹ ਜਿਹੜਾ ਫਲੈਕਸ ਬਣਿਆ ਹੁੰਦਾ। ਫੂਡ ਪਾਂਡਾ ਵਾਲਿਆਂ ਨੂੰ ਕਹਿ ਫੋਨ ਕਰ ਕਹਿੰਦਾ 2 ਹਿੰਸੇ ਤਾਂ ਲਿਖਿਓ। ਤੁਹਾਡੀ ਗੱਲ ਹੋ ਰਹੀ ਭੈਣ? ਹਾਂਜੀ। ਡਾਕਟਰ ਸਾਹਿਬ ਨੇ ਕਵਸਾਂ ਨਾਸ਼ਤਾ ਲਾ ਲਿਆ, ਮੈਂ ਕੁਛ ਵਿਕਿਆ ਕਿ ਨਹੀਂ, ਕਹਿੰਦਾ ਹਾਲੇ ਤਾਂ ਸੁੱਤੇ ਪਏ ਨਹੀਂ ਉੱਠੇ। ਫਿਰ ਫੂਡ ਪਾਂਡਾ ਤੇ ਫੋਨ ਕਰਕੇ ਕਹਿਣ ਡਿਆ ਤੁਹਾਡੇ ਕੋਲ ਸਿਲਵਰ ਦੇ ਭਾਂਡੇ ਵੀ ਹੁੰਦੇ? ਉਹ ਪਾਂਡਾ ਦੋ ਜਾਨਵਰ ਦਾ ਨਾਮ ਆ ਪਾਂਡਾ। ਡਾਕਟਰ ਸਾਹਿਬ ਦਹੀਂ ਲੈਣ ਗਏ ਤੇ ਉਹਨੂੰ ਕਹਿੰਦੇ ਛਾਪ ਡਬਲ ਕਰ ਦਿਓ, ਕਹਿੰਦੇ ਉਹ ਕਹਿੰਦਾ ਮੈਂ ਘੁਮਾਉਂਦੇ ਲੈ ਕੇ ਜਾਣਾ। ਇਹ ਭਾਈ ਦੀ ਸੁਣ ਲਓ, ਊਂਠ ਲਿਆ ਕੁਰਬਾਨੀ ਵਾਸਤੇ, 5 ਦਿਨ ਰੱਖ ਕੇ ਤੇ ਇਦੋਂ ਇੱਕ ਦਿਨ ਪਹਿਲੇ ਵੇਚਤਾ। ਮੈਂ ਕੀਤਾ, ਕਹਿੰਦਾ ਮੇਰੀ ਤਾਂ ਕੁਰਬਾਨੀ ਉੱਦਣ ਹੀ ਹੋ ਗਈ ਜਿੱਦਣ ਇਹਨੂੰ ਅੰਦਰ ਵਾੜਿਆ ਮਕਾਨ ਢਾਲਾ ਮੈਂ। ਤੁਸੀਂ ਜੁਗਤ ਕਰੋ, ਨਹੀਂ ਉੱਠ ਜਾਓ, ਉੱਠ ਜਾਓ ਫਿਰ ਤੁਸੀਂ। ਭੈਣ, ਕੀ ਨਾਮ? ਮਜ਼ਹਰ ਹਮਜ਼ਾ। ਮਜ਼ਹਰ ਹਮਜ਼ਾ, ਮਜ਼ਹਰ ਹਮਜ਼ਾ ਜੀ ਸਰ, ਜੁਗਤ। ਹਾਂਜੀ। ਡਾਕਟਰ ਸਾਹਿਬ ਦਾ ਬੰਦਾ ਆ ਗਿਆ, ਕਹਿੰਦਾ ਡਾਕਟਰ ਸਾਹਿਬ ਮੇਰੀ ਤਬੀਅਤ ਨਹੀਂ ਸਹੀ, ਕਹਿੰਦਾ ਮੈਂ ਕਰਾਂ ਮੇਰੀ ਤਾਂ ਆਪਣੀ ਨਹੀਂ ਸਹੀ। ਅੱਛਾ, ਐਕਸੈਂਟ ਬੜਾ ਮਜ਼ੇਦਾਰ ਆ, ਮੇਰੀ ਆਪਣੀ ਨਹੀਂ ਸਹੀ, ਡਾਕਟਰ ਗਿਆ। ਉਹ ਭਾਈ ਦੀ ਸੁਣ ਲਓ, ਨਵਾਂ ਨਵਾਂ ਡਾਕਟਰ ਬਣਨ ਦਾ ਸ਼ੌਕ ਸੀ, ਪਹਿਲੇ ਦਿਨ ਹੀ ਪਹਿਲਾਂ ਹੀ ਮਰੀਜ਼ ਆ ਕੋਈ ਮਾਰ ਖਾ ਲਈ। ਹੁਣ ਕਹਿੰਦਾ ਮੈਂ ਤੈਨੂੰ ਦਵਾਈ ਲਿਖ ਕੇ ਦਿੱਤੀ ਆ, ਆਪਣੀ ਵੀ ਲੈ ਤੇ ਹਾਲੇ ਠਹਿਰ ਜਾ, ਮੇਰੀ ਵੀ ਲੈ। ਡਾਕਟਰ ਨੂੰ ਜਾ ਕੇ ਨਾ, ਡਾਕਟਰ ਸਾਹਿਬ ਕੋਈ ਕੌੜੀ ਦਵਾਈ ਨਾ ਲਿਖ ਕੇ ਦੇਈ, ਉਹਨੇ ਪੈਨਸਲ ਫੜਾ ਤੀ, ਕਹਿੰਦਾ ਆਪ ਹੀ ਲਿਖ ਲਾ। ਡਾਕਟਰ ਸਾਹਿਬ ਵੀ ਦਹੀਂ ਲੈਣ ਚਲੇ, ਉਹ ਕਹਿੰਦੇ ਜੀ ਸਵੇਰੇ ਸਵੇਰੇ ਅਸੀਂ ਆਧਾਰ ਨਹੀਂ ਦਿੰਦੇ, ਕਹਿੰਦਾ ਪਾ ਕੇ ਰੱਖ ਦੋ ਮੈਂ 12 ਵਜੇ ਲੈ ਜਾਂਦਾ। ਡਾਕਟਰ ਸਾਹਿਬ ਵੀ ਰਿਕਸ਼ੇ ਵਾਲੇ ਹੋ ਗਏ, ਉਹਨੂੰ ਜਾ ਕੇ ਕਹਿੰਦੇ ਦਾਦਾ ਸਾਹਿਬ ਜਾਣਾ ਕਿੰਨੇ ਪੈਸੇ? ਕਹਿੰਦਾ 300 ਰੁਪਇਆ। ਕਹਿੰਦਾ ਕਿਉਂ? ਕਹਿੰਦਾ ਪੈਟਰੋਲ ਬਹੁਤ ਮਹਿੰਗਾ। ਕਹਿੰਦਾ ਰਿਕਸ਼ਾ ਸੈਂਡ ਤੇ ਲਾ ਗੱਲਾਂ ਕਰਦੇ ਜਾਂਦੇ। ਦਰਬਾਰ 'ਚ ਚਲ ਗਿਆ, ਕਹਿੰਦਾ ਭਾਈ 2 ਕਿਲੋ ਮਖਾਣੇ ਦੇ ਦਿਓ, ਕਹਿੰਦਾ ਤੂੰ ਕਰਨੇ? ਕਹਿੰਦਾ ਮੈਂ ਮਿੱਠੀ ਤਫੀ ਬਣਾਉਣੀ। ਆਹ ਭਾਈ ਵੀ ਅੰਗੂਰ ਲੈਣ ਗਿਆ ਤੇ ਨਾਮ ਭੁੱਲ ਗਿਆ, ਜਾ ਕਹਿੰਦਾ ਮਿੱਠੇ ਭਿੰਡੇ ਦੇ ਦਿਓ। ਉਹ ਭਾਈ ਦੀ ਸੁਣ ਲਓ, ਚੱਕੀ ਦੁੰਬੇ ਲਿਆਂਦੇ ਤੇ ਪਿੱਛੇ ਕੱਟ ਦੇ ਕੇ ਉਹ 'ਚ ਪੈਸੇ ਜੁੜਨ ਡੇ। 10 ਕਿਲੋ ਅੰਗੂਰ ਲੈ ਗਿਆ, ਮੈਂ ਕਿਹਾ ਇੰਨੇ ਕੀ ਕਰਨੇ? ਕਹਿੰਦਾ ਨਿਸ਼ਾਨੇ ਲਾਉਣੇ। ਉਹ ਭਾਈ ਮੁਰਗੇ ਵਾਲੇ ਕੋਲ ਚਲ ਗਿਆ, ਕਹਿੰਦਾ ਭਾਈ ਕੋਈ 5 ਦੇ ਦਿਓ, ਕਹਿੰਦਾ ਤੂੰ ਵੀ ਕਰਨਾ? ਕਹਿੰਦਾ ਮੈਂ ਤੁਹਾਨੂੰ ਜਸੂ ਪੰਜੂ ਖੇਲਣਾ। ਅਮੀ ਭਾਈ 5 ਲੈ ਗਿਆ, ਕਹਿੰਦਾ ਅਮੀ ਜੀ ਸੋਹਣੇ ਜਿਹੇ ਕਰਕੇ ਪਕਾਇਆ, ਉਹਨਾਂ ਨੇ ਮਹਿੰਦੀ ਲਾ ਕੇ ਪਕਾ ਤੇ।
ਇਹਦਾ ਵੀ ਇੱਕ ਭਰਾ ਨਾ ਟੂੰਡਾ ਤੇ ਗੁੱਸੇ ਵਾਲਾ ਬਹੁਤ ਆ, ਉਹਨੇ ਬਾਹ ਨੂੰ ਕਾਂਡੀ ਬੰਨੀ ਚਪੇੜਾ ਮਾਰਨੀ। ਦਾਸੀ ਨੇ ਇੱਕ ਨਵਾਂ ਬੰਦਾ ਆਇਆ ਸਾਡੇ ਕੋਲ, ਮੈਂ ਸੁਣਿਆ ਕਹਿੰਦੇ ਇਸ ਇਲਾਕੇ 'ਚ ਕਹਿੰਦੇ ਬਹੁਤ ਅੱਛੀ ਜੁਗਤ ਕਰਦੇ ਆ ਵੀ। ਸ਼ੇਖ ਸਾਹਿਬ ਕੀ ਨਾਮ ਆਪਣਾ? ਮੇਰਾ ਨਾਮ ਸ਼ੇਖ ਇਮਰਾਨ। ਸ਼ੇਖ ਇਮਰਾਨ ਸਾਹਿਬ ਜੀ, ਸਰ ਸਰ ਆਹ ਭਾਈ ਦਾ ਮੂੰਹ ਕਿੱਦਾਂ? ਭਾਜੀ ਦਾ ਮੁੱਦ ਮੂੰਹ ਇੱਦਾਂ ਦਾ ਜਿਵੇਂ ਖਰੋੜਾ ਬੂਦਾ ਮਾਰਿਆ ਹੁੰਦਾ। ਇਹ ਭਾਈ ਵੀ ਦੀ ਸੁਣ ਲਓ, ਆਰਮੀ ਦੇ ਵਿੱਚ ਲੱਗ ਗਿਆ, ਉਹਨਾਂ ਨੇ ਟੈਂਕ ਦਿੱਤਾ ਜੰਗ ਕਰਨ ਤੇ ਉਹਦੀ ਬ੍ਰੇਕ ਤੇ ਗਾਣਾ ਕੀ ਲਵਾਇਆ, ਜਿੰਨੇ ਮੇਰਾ ਦਿਲ ਲੁੱਟੇ ਆ। ਡਾਕਟਰ ਸਾਹਿਬ ਦਾ ਮੂੰਹ ਵੇਖੋ, ਸਿਰ ਤੋਂ ਦਹੀਂ ਭੱਲੇ ਲਾਏ। ਇਹ ਭਾਈ ਦੀ ਸੁਣ ਲਓ, ਇਹਨੂੰ ਘਰ ਦੇਣ ਗਿਆ ਠੰਡਾ ਸਾਲਣ ਲੈ ਕੇ ਆਈ ਤੇ ਦਹੀਂ ਭੱਲੇ ਲਾਏ ਆ। ਇਹ ਭਾਈ ਦਾ ਦਾਦਾ ਫੌਤ ਹੋ ਗਿਆ, ਇਹਦੀ ਦਾਦੀ ਕਹਿੰਦੀ ਹਾਂ ਜਗ੍ਹਾ ਕੈਸੀ ਲੱਭੀ? ਕਹਿੰਦਾ ਬਹੁਤ ਚੰਗੀ ਲੱਭੀ ਹੈ, ਕਹਿੰਦਾ ਕਿ 6 ਦੁਕਾਨਾਂ ਪਵਾ ਦੇਣੀ। ਇਹ ਭਾਈ ਦੀ ਵੀ ਸੁਣ ਲਓ, ਜਨਾਦਾ ਆਣ ਡਿਆ ਕਹਿੰਦਾ ਰੋਕਿਓ ਰੋਕਿਓ ਰੋਕਿਓ, ਉਹਨਾਂ ਨੇ ਰੋਕਿਆ, ਕਹਿੰਦਾ ਨਹੀਂ ਨਹੀਂ ਇਹ ਉਹ ਨਹੀਂ ਜੇਕੋ ਮੈਂ 500 ਲੈਣਾ ਸੀ। ਸਾਲ ਕਹਿੰਦਾ ਜਨਾਦਾ ਆਉਂਦੇ ਆ ਉੱਥੇ ਲੇਟਣ ਲੱਗ ਪਿਆ, ਕਹਿੰਦਾ ਉਹਨੂੰ ਲੱਗ ਪਹਿਲਾਂ ਮੈਨੂੰ ਹੂਟੇ ਦਵਾ, ਮਿਲਣੀ ਪਤਾ ਪਹਿਲਾਂ ਹੂਟੇ ਦਵਾ। ਭਾਈ ਸਾਹਿਬ ਦਾ ਦਾਦਾ ਫੌਤ ਹੋ ਗਿਆ, ਇਹਨਾਂ ਨੂੰ ਮਹਜਦ ਮੰਜਾ ਨਹੀਂ ਲੱਭਾ, ਇਹਨਾਂ ਨੇ ਬਿਲੀਅਰ ਤੇ ਜਾ ਕੇ ਜਨਾਜ਼ਾ ਪਾ ਦਿੱਤਾ। ਸਾਰੇ ਕਹਿੰਦੇ ਕਲਮਾ ਸ਼ਹਾਦਤ, ਇਕੱਲਾ ਕਹਿੰਦੇ ਸੈਂਡਰ ਪਾਕਟ ਸੈਂਡਰ ਪਾਕਟ। ਭਾਈ ਦਾ ਵੀ ਦਾਦਾ ਮਰ ਗਿਆ, ਉਹ ਬਾਅਦ 'ਚ ਪਤਾ ਲੱਗਾ ਇੰਨੀ ਦੇਰ ਬਾਅਦ ਮਿਲਿਆ, ਮੈਂ ਕਿਹਾ ਤੂੰ ਕਿੱਥੇ ਰਹਿ, ਇੰਨੀ ਦੇਰ ਮਿਲਿਆ ਨਹੀਂ। ਕਹਿੰਦਾ ਯਾਰ ਦਾਦਾ ਮਰ ਗਿਆ, ਅਤੇ ਮੈਂ ਕਿਹਾ ਤੂੰ ਦੱਸਿਆ ਨਹੀਂ? ਕਹਿੰਦਾ ਨਹੀਂ ਜ਼ਰਾ ਸਾਦਗੀ ਨਾਲ ਗੱਲ ਲਿਆ। ਭਾਈ ਵੇਖੋ ਰਸ਼ਕੇ ਵਾਲੇ ਦਾ ਦਾਦਾ ਸਾਹਿਬ ਜਾਣਾ, ਕਹਿੰਦਾ ਜਾਣਾ, ਕਹਿੰਦਾ ਛਾਪਰ ਫਲ ਚੌਲ ਲਿਆ ਲਈ। ਭਾਈ ਦਾ ਦਾਦਾ ਬਹੁਤ ਹੋ ਗਿਆ, 10 ਦਿਨਾਂ ਬਾਅਦ ਕਵਰ ਤੇ ਗਿਆ ਤੇ ਬੂਟੇ ਹੀ ਬੂਟੇ, ਕਹਿੰਦਾ ਦਾਦੀ ਦਾਦੇ ਦੇ ਕਵਰ ਤੇ ਬੂਟੇ ਹੀ ਬੂਟੇ, ਕਹਿੰਦਾ ਪੁੱਤਰ ਮਾਲੀ ਸੀ। 11 ਵਜੇ ਦੇ ਦਫ਼ਤਰ 'ਚ ਜਾ ਕੇ ਲਾਇਆ, ਕਹਿੰਦਾ ਮੈਂ ਕਾਹੜੇ ਜਾਣਾ, ਕਿੰਨੇ ਵਜੇ ਟਾਈਮ ਨਿਕਲਣਾ? ਆਪ 11 ਵਜੇ ਤੇ ਫੋਨ ਕਰਨ ਡਿਆ, ਜਲਦੀ ਆਇਓ, ਇੰਨਾ ਜਲਦੀ ਆਏ ਇਹਨੂੰ ਵੀ ਥੱਲੇ ਦੇ ਤਾ। ਬੱਚਿਆਂ ਨੂੰ 10-10 ਰੁਪਏ ਦੇ, ਕਹਿੰਦਾ ਮੈਨੂੰ ਸਿੱਧੂ ਮੂਸੇ ਵਾਲਾ ਕਹੋ। ਡਾਕਟਰ ਸਾਹਿਬ ਨੇ 11 ਵਜੇ ਨੂੰ ਹੱਥ ਕਹਿੰਦਾ ਹੁਣ ਜਾਣਾ ਲਿਆ ਲਾ ਦੇ। ਦਹੀਂ ਵਾਲੀ ਦੁਕਾਨ ਤੇ ਚੱਲ ਗਿਆ, ਕਹਿੰਦਾ ਦਹੀਂ ਹੈਗਾ? ਕਹਿੰਦਾ ਹਾਂ। ਕਹਿੰਦਾ ਮੇਰੇ ਸਿਰ 'ਚ ਪਾ ਦੇ। ਪਿੰਡੋਂ ਨਵਾਂ ਸ਼ਹਿਰ ਆਇਆ ਤੇ ਸਿਰ 'ਚ ਨਾ ਸਟਿੰਗ ਦੀ ਬੋਤਲ ਪਾ ਲਈ, ਆਪਣੇ ਯਾਰ ਬੇਲੇ ਨੂੰ ਗੱਲ ਸੁਣਾ ਰਿਹਾ, ਕਹਿੰਦਾ ਮੇਰਾ ਸਿਰ ਪੱਟ ਗਿਆ। ਭਰਾ ਨੇ ਅੱਖਾਂ ਦਾ ਆਪਰੇਸ਼ਨ ਕਰਾਇਆ ਤੇ ਹਰੀ ਪੱਟੀ ਬੰਨੀ ਤੇ ਮੁਹੱਲੇ 'ਚ ਗੱਲ ਸੁਣਾਈ, ਕਹਿੰਦਾ ਇਹ ਬੈਰੀ ਡਾਕੂ ਆ। ਭਜਾ ਜਾ ਰਿਹਾ ਤੇ ਕੁੱਤੇ ਨਾਲ ਜਫੀ ਪੈ ਗਈ, ਕਹਿੰਦਾ ਵੇਲਾ 10 ਸਾਲਾਂ ਬਾਅਦ ਭਰਾ ਮਿਲ ਹੀ ਗਿਆ। ਆਪਣੇ ਅੱਬਾ ਜੀ ਨੂੰ ਕਹਿਦਾ, ਕਹਿੰਦਾ ਆਪਾਂ ਕੁੱਤਾ ਨਾ ਰੱਖ ਲਈਏ, ਰੱਬਾ ਕਹਿੰਦਾ ਮੇਰੇ ਪਾਸ ਤੂੰ ਮੇਰੇ ਪਾਸ ਤੂੰ। ਆਪਣੇ ਯਾਰ ਬਿੱਲੀ ਨੂੰ ਗੱਲ ਸੁਣਾ ਰਿਹਾ, ਕਹਿੰਦਾ ਬੋਹੇ ਮੀਆਂ 3500 ਦੇ ਕਿਰਾਏ ਦੇ ਮਕਾਨ ਤੇ ਰਹਿੰਦੇ। ਐਵੇਂ ਮੁਹੱਲੇ 'ਚ ਗੱਲ ਸੁਣਾਉਂਦਾ, ਕਹਿੰਦਾ ਲਾਮਾ ਇਕਬਾਲ ਨੇ JC ਵੱਲੋਂ ਕਹਿੰਦਾ ਮੈਟਰ ਕੀਤਾ। ਇਹਨੂੰ ਨਵਾਂ ਨਵਾਂ ਐਕਟਰ ਬੰਦਾ ਸ਼ੌਕ ਪੈ ਗਿਆ, ਆਪਣੇ ਅੱਬੇ ਅੱਗੇ ਬੈਲਟ ਫੜ ਕੇ ਖਲੋ ਗਿਆ, ਕਹਿੰਦਾ ਕਾਲੀਆ ਕਿਤਨੇ ਆਦਮੀ ਥੇ? ਕਹਿੰਦਾ ਕਿਉਂ ਕਾਕਾ, ਚੋਲ ਵੰਡਨੇ। ਨਵੀਂ ਮੋਟਰਸਾਈਕਲ ਲਿਆ ਕੇ ਸੱਜਾ ਸ਼ਾਰਾ ਲਵਾਤਾ, ਮੈਂ ਕਿਹਾ ਕੀ? ਕਹਿੰਦਾ ਮੈਂ ਖੱਬੇ ਹੀ ਮੁੰਡਾ ਹੁੰਦਾ। ਇਹ ਮੋਟਰਸਾਈਕਲ ਬੜੀ ਸਪੀਡ 'ਚ ਜਾ ਰਿਹਾ, ਜੰਪ ਆ ਗਿਆ, ਡਿੱਗ ਗਿਆ, ਸਾਰੇ ਬੰਦੇ ਕਹਿੰਦੇ ਕੀ ਹੋਇਆ? ਕਹਿੰਦਾ ਮੈਂ ਉਤਰਦਾ ਹੀ ਹਾਂ। ਕਿਸੇ ਨੇ ਕਿਹਾ ਸਿਆਣੇ ਬੰਦਿਆਂ ਦੇ ਨਕਸ਼ੇ ਕਦਮ 'ਤੇ ਚੱਲਿਆ ਕਰ, ਅਤੇ ਇੱਕ ਬਾਬੇ ਦੇ ਪਿੱਛੇ ਪਿੱਛੇ ਤੁਰਿਆ ਜਾ। ਆਹ ਬਾਈ ਨੇ ਜਹਾਜ਼ ਪਿੱਛੇ ਲਿਖਾਇਆ, ਤੂੰ ਨੰਗਦਾ ਸਾਡੀ ਖੈਰ ਹੈ। ਆ ਭਾਈ ਜਹਾਜ਼ 'ਚ ਬਹਿ ਗਿਆ ਤੇ ਏਅਰ ਹੋਸਟਲ ਨੇ ਇਹਨੂੰ ਦੁੱਧ ਦਿੱਤਾ, ਕਹਿੰਦਾ ਕਾਕੀ ਜੱਗ ਵੀ ਲਾਇਆ ਮੈਂ ਦੁੱਧ ਸੋਡਾ ਬਣਾਉਣਾ। ਆ ਭਾਈ ਵੀ ਕਟਿੰਗ ਕਰਾਉਣ ਗਿਆ, ਸਿਰ 'ਚੋਂ ਜੂਨ ਨਿਕਲ ਗਈ, ਕਹਿੰਦਾ ਇਹਦਾ ਕੀ ਕਰਨਾ? ਕਹਿੰਦਾ ਇਹਦੀ 1 ਸਾਈਡ ਕਰ ਦੇ। ਇਹ ਵੀ ਆਪਣੇ ਤਾਇਆ ਲਿਆ ਤੇ ਚੋਰੀ ਕਰ ਪਹਿਲਾਂ ਛਾਲ ਮਾਰਤੀ ਤੇ ਭੱਜਿਆ ਜਾਵੇ, ਦੋ ਬੰਦੇ ਟੱਕਰ, ਕਹਿੰਦਾ ਕੀ ਹੋਇਆ? ਕਹਿੰਦਾ ਕੋਈ ਨਹੀਂ ਭਾਈ, ਮੈਂ ਤਾਂ ਵਰਜਿਸ਼ ਕਰਨ ਦਿਆਂ। ਝਾਲ 'ਚ ਨਮਕ ਪਾ ਕੇ ਨਾ ਸਾਰਾ ਖੱਟਾ ਮੇਰਾ। ਜਨਾਜ਼ਾ ਜਾ ਰਿਹਾ ਤੇ ਸ਼ੇਖ ਸਾਹਿਬ ਉਹਨਾਂ ਨੂੰ ਕਹਿੰਦਾ ਮੈਨੂੰ ਮੂੰਹ ਦਿਖਾ ਦਿਓ, ਔਖੀ ਜਿਹੇ ਸੀ, ਉਹਨਾਂ ਨੇ ਪੈਰਾਂ ਵੱਲੋਂ ਵਹਾ ਦਿੱਤਾ। ਜਨਾਜ਼ਾ ਜਾ ਰਿਹਾ ਤੇ ਕਹਿ ਰਹੇ ਮੂੰਹ ਦਿਖਾਇਆ ਥੱਲੇ ਰੱਖਿਓ, ਉਹਨਾਂ ਨੇ ਦਿਖਾਇਆ, ਕਹਿੰਦਾ ਮੈਂ ਸਮਝਿਆ ਬੁੱਢੀ ਫੋਤ ਹੋਈ। ਖਾਨ ਸਾਹਿਬਾਂ ਘਰ ਚੋਰੀ ਕਰਨ ਗਿਆ ਤੇ ਉੱਥੋਂ ਕੁਛ ਨਹੀਂ ਲੱਭਾ, ਉਹਨਾਂ ਦੇ ਡੈਰੀਆਂ ਤੋਂ ਪ੍ਰੋਗਰਾਮ ਘੱਟ ਆਇਆ। ਉਹ ਵੀ ਖਾਨ ਸਾਹਿਬਾਂ ਘਰ ਚੋਰੀ ਕਰਨ ਗਿਆ, ਜਾਂਦੇ ਹੀ ਫੜਿਆ ਗਿਆ, ਤਬਲੇ ਤੇ ਪੈਰ ਆ ਗਿਆ ਸੀ। ਬਾਜੀਆਂ ਦਾ ਕੰਮ ਸ਼ੁਰੂ ਕੀਤਾ ਤੇ ਇੱਕ ਬੋਲਿਆਂ ਦਾ ਫੰਕਸ਼ਨ ਫੜ ਲਿਆ, ਸਾਰੀ ਦਿਹਾੜੀ ਵਜਾਉਂਦੇ ਰਹੇ। ਉਹਨਾਂ ਦਾ ਇੱਕ ਸਿਆਣਾ ਜਿਹਾ ਬਾਬਾ ਉੱਠ ਕੇ ਕਹਿੰਦਾ ਚਲੋ ਯਾਰ ਸ਼ੁਰੂ ਕਰੋ। ਮਿਸਤਰੀ ਹੁੰਦਾ ਸੀ, ਸੁਬਹਾ ਜਾਂਦੇ ਹੀ 50-60 ਬੋਰੀਆਂ ਦਾ ਮਸਾਲਾ ਬਣਾ ਕੇ ਨਾ ਮੈਂ ਨਹੀਂ ਕੰਮ। ਜੱਜ ਨਾਲ ਲੜਨ ਦਿਆ ਜਾ ਕੇ, ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਨੂੰ ਕਹਿੰਦਾ ਮੇਰੇ ਨਾਲ ਕਮੇਟੀ ਪਾ। ਇਹ ਵੀ ਕਚਹਿਰੀਆਂ ਫਿਰਨ ਦਿਆ, ਮੈਂ ਕਿਹਾ ਇੱਧਰ ਕਿੱਧਰ, ਨਾ ਤੁਹਾਡੀ ਕੋਈ ਮਤਲਬ ਕਿ ਜਗ੍ਹਾ ਜੁਗਾ ਹੈਗੀ ਆ, ਤੂੰ ਕਿੱਧਰ? ਕਹਿੰਦਾ ਮੈਂ ਬਰਾਦਰੀ ਚੇਂਜ ਕਰਨਾ, ਸਰਟੀਫਿਕੇਟ ਲੈਣਾ। ਇਹਨੇ ਪੰਪ ਲੈਣ ਗਿਆ ਉੱਥੋਂ ਮਾਰ ਖਾ ਲਈ, ਕਹਿੰਦਾ ਮੈਨੂੰ ਚੱਕੀ ਲਾ ਕੇ ਦਿਖਾਓ। ਲਾਲ ਬੱਬ ਦਬਾਣਾ ਲੈਣ ਗਿਆ ਸੀ।
ਪੰਪ ਤੇ ਗਿਆ ਕਹਿੰਦਾ 100 ਦਾ ਪੈਟਰੋਲ ਪਾਇਆ ਕਹਿੰਦਾ ਹੋਰ ਕਹਿੰਦਾ ਥੋੜੀ ਬਰਫ਼ ਪਾ ਦੋ ਕਬਰਸਤਾਨ ਦੇ ਬਾਹਰ ਧਰਨਾ ਦਿੱਤਾ ਹੋਇਆ ਮੈਂ ਕੀ ਹੋਇਆ ਕਹਿੰਦਾ ਮੇਰਾ ਮੁਤਾਲਬਾ ਕਬਰਸਤਾਨ ਡਬਲ ਸਟੋਰੀ ਕਰੋ ਨਾਸ਼ੇ ਦੀ ਦੁਕਾਨ ਤੋਂ ਮਾਰ ਖਾ ਲਈ ਉਹ ਤਾਂ ਕਹਿੰਦਾ ਕੀ ਪਕਾਇਆ ਕਹਿੰਦਾ ਚਿੜੇ ਢੱਕਣ ਖੋਲ ਕੇ ਬਾਜਰਾ ਸੁੱਟਾ ਫਿਰ ਨਾਸ਼ਤੇ ਵਾਲੀ ਦੁਕਾਨ ਤੋਂ ਛਿੱਤਰ ਕਰਦੇ ਉਹਨਾਂ ਨੂੰ ਕਹਿੰਦਾ ਕੀ ਪਕਾਇਆ ਕਹਿੰਦਾ ਚਿੜੇ ਕਹਿੰਦਾ 12 ਮੇਰੇ ਨਾਮ ਦੇ ਛੱਡ ਦੇ ਚਾਵਲ ਖਾ ਰਹੇ ਵਿੱਚੋਂ ਕਿਤੇ ਰੋਡ ਨਿਕਲ ਆਇਆ ਕਹਿੰਦਾ ਅੰਮੀ ਜੀ ਰੋਡ ਨਿਕਲ ਆ ਕਹਿੰਦੀ ਦੇਖੀ ਤੇਰੇ ਅੱਬੇ ਨੇ ਵੀ ਲੰਘਣਾ ਹੀ ਅਸਲੀ ਵਾਲੀ ਦੁਕਾਨ ਤੇ ਜਾ ਕਹਿੰਦਾ ਭਾਜੀ ਇੱਕ ਸੈਂਟਾ ਪੈਕ ਕਰ ਦੋ ਬਈ ਇਹਦਾ ਵਾਲਾ ਸਾਹਿਬ ਬਿਮਾਰ ਹੋ ਗਿਆ ਤੇ 11 ਵਜੇ ਤੇ ਮੈਸੇਜ ਕਰਿਆ ਗਾਲਮੀ ਗਾਲਮੀ ਇਹਦਾ ਅੱਬਾ ਫੋਤ ਹੋ ਗਿਆ ਤੇ ਕਬਰ ਦੇ ਵਿੱਚ ਬੂਟੀ ਧੁੰਨ ਰਿਹਾ ਮੈਂ ਕਿਹਾ ਇਹ ਕੀ ਕਹਿੰਦਾ ਹਿਸਾਬ ਹੋ ਰਿਹਾ ਮੈਂ ਬੂਟੀ ਦੇ ਰਿਹਾ ਕਬਰਸਤਾਨ ਗਿਆ ਇੱਕ ਬੰਦਾ ਕਬਰ ਕੱਢ ਰਿਹਾ ਉਹਨੂੰ ਕਹਿ ਰਿਹਾ ਬਹੁਤ ਸੋਹਣੀ ਉਹ ਇਹਨੂੰ ਦੇਖ ਕੇ ਕਹਿੰਦਾ ਆਹ ਤੂੰ ਲੈ ਲਾ ਮੈਂ ਹੋਰ ਕੱਢ ਲੈਣਾ ਲੋ ਤੇ ਲਾਜ਼ਰੀ ਇੱਥੇ ਅੱਜ ਦਾ ਸ਼ੋਅ ਖਤਮ ਹੋ ਰਿਹਾ ਬਹੁਤ ਮਜ਼ਾ ਆਇਆ ਬਹੁਤ ਅੱਛੇ ਯਾਰ ਬਾਲੀ ਭਾਈ ਮੁਬਸ਼ਰ ਭਾਈ ਓਕੇ